तू ऐ कर मिठी और किरण नु आख ते आके ते सूरत यासीन पढ़े इन आखरी वक्त आ गया उबे तन सूरी है यार मैं ते शुगर है ओहो हिकमत दी जबान दे विच शुगर नु हुबे तन सूर सद्दे ने हो सकता है अल्लाह शफा दे दे में ए केड़ी गोली है ए बड़ी खास गोली है ला भी आ दुआई माई दे अंदर गई ते माई भी गई परसों कॉल करे सा अगले दिन आला फंक्शन कर सा ए मेरे पैर क्यों भिजी जांदे ने मेरी शुगर वधी जांदी है ते विच ही मेरी अम्मा की बड़ी तबीयत खराब हो गई है इस काम नु बहुत दिक्कत करी आप चलिए अच्छा आगे ना हम ज्यादा तबीयत खराब हो गई जो हम दी बहुत तबीयत खराब हो गई है कोई नहीं अपने आप ही चली आ जा ओए ओए नवे रोले तो पे चल ओ देख ना हौसला कर भाग के चलने आ उतर ठीक मेरे हाथ किधर जुत्ती आए ओ भैया यो चल मिनट मार ओए आजका कर भाग के चलने आ दादी साबरा ए दवाई पी ला तू ठीक हो जाएगी हौसला कर हौसला दिल ना छड़ मिठी हुन हौसले खत्म हो गए न हुन हौसला कोई नहीं बेटी की ओ जियां गल्ला करी जांदी है बहू फलक शेरा मेरीयां दियां नु फोन कीता है सुगरी ते सलमे नु साबरा मैं फोन कर दित्ता है सलमी नु भी फोन कर दित्ता है ते सुगरी नु ते रात दे फोन करन लगे हैं ਆ ਜਬਦਾ ਜਬਦਾ ਸੱਟਾ ਉਹਨਾਂ ਨੇ ਸਦਾ ਲਾ ਮੇਰਾ ਸਾਹ ਇੱਥੇ ਟੰਗੇ ਖੜੇ ਥੋੜਾ ਤਰਕੜੀ ਉਸ ਨੂੰ ਦਿਲ ਛੱਡੀ ਖਲੀ ਹੈ ਨਹੀਂ ਬਾਜੀ ਸਾਬਰਾ ਤੂੰ ਤੇ ਐਵੇਂ ਦਿਲ ਛੱਡੀ ਖਲੋਤੀ ਹੈ ਐਵੇਂ ਦਿਲ ਛੱਡੇਂਗੀ ਤੇ ਕਿਵੇਂ ਗੁਜ਼ਾਰਾ ਹੋਏਗਾ ਤੂੰ ਪਰੇਸ਼ਾਨ ਨਾ ਹੋ ਤੂੰ ਠੀਕ ਹੋ ਜਾਏਂਗੀ ਤੈਨੂੰ ਕੁਝ ਵੀ ਨਹੀਂ ਹੋਣਾ ਹਾਏ ਮੈਨੂੰ ਝੂਠੀਆਂ ਤਸੱਲੀਆਂ ਨਾ ਦੇਵੋ ਓਏ ਮੇਰਾ ਦਿਲ ਬੁੱਝੀ ਖਲਾ ਨੇ ਮੈਂ ਕੋਈ ਨਹੀਂ ਰਵਣਾ ਮੇਰੇ ਆਖਰੀ ਕਿਆਰੇ ਨੂੰ ਪਾਣੀ ਹੈ ਉਹ ਕਿਹੋ ਜਿਹੀਆਂ ਗੱਲਾਂ ਕੀਤੀ ਜਾਣੀ ਹੈ ਉਹ ਕੋਈ ਹੌਸਲਾ ਕਰ ਉਹ ਤੂੰ ਮਰ ਗਈ ਤੇ ਮੇਰਾ ਇਸ ਜਾਨ ਤੇ ਕੌਣ ਹੈ ਮੈਂ ਵੀ ਕੋਈ ਨਹੀਂ ਇੱਥੇ ਰਹਿਣਾ ਭਲਾ ਸ਼ੇਰਾ ਮੈਂ ਮਰ ਗਈ ਤੇ ਤੂੰ ਕਿਦਾਈ ਨਾ ਜਾਵੀਂ ਇਸ ਘਰ ਦਾ ਖਿਆਲ ਰੱਖੀ ਤੇ ਨਾਲੇ ਦੀਆਂ ਦੇ ਸਿਰ ਤੇ ਹੱਥ ਦੇਵੀਂ ਸਾਬਨਾ ਮੈਂ ਜਿੰਦਾ ਰਿਹਾ ਤਾਂ ਦੀਆਂ ਦੇ ਸਿਰ ਤੇ ਹੱਥ ਰੱਖਸਾ ਨਾ ਮੈਂ ਤੇਰੇ ਤੋਂ ਬਗੈਰ ਨਹੀਂ ਜੀ ਸਕਦਾ ਮੈਂ ਆਪ ਮਰ ਜਾਸਾ ਮੈਂ ਤੇ ਤੇਰੇ ਤੋਂ ਬਗੈਰ ਇੱਕ ਮਿੰਟ ਵੀ ਨਹੀਂ ਰਹਿ ਸਕਦਾ ਨੀ ਮਿੱਟੀ ਆਦਾ ਬੜਵਾਈਆਂ ਨੂੰ ਸਮਝਾਇਆ ਤਾਂ ਸਲੂ ਦਿਲ ਛੱਡੀ ਖੜਾ ਹੈ ਜਿਹੜਾ ਗੜਿਆ ਇੱਕ ਦਿਨ ਵਜਣਾ ਹੀ ਵਜਣਾ ਹੈ ਬਾਜੀ ਉਹਨੂੰ ਮੈਂ ਕੀ ਸਮਝਾਵਾਂ ਬਹੁ ਤੂੰ ਤੇ ਆਪ ਦਿਲ ਛੱਡੀ ਖਲੋਤਾ ਹੈ ਤੂੰ ਸਾਨੂੰ ਕੀ ਤਸੱਲੀ ਦੇਣੀ ਹੈ ਉਹ ਮਰੀਜ਼ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਮੇਰੇ ਕੋਲ ਨਹੀਂ ਬਰਦਾਸ਼ਤ ਹੁੰਦਾ ਬਰਦਾਸ਼ਤ ਤੇ ਕਿਸੇ ਕੋਲੋਂ ਵੀ ਨਹੀਂ ਹੁੰਦਾ ਪਿਆ ਲੇਕਿਨ ਗੱਲ ਇਹ ਨਾ ਕੋਈ ਤੁਸੀਂ ਦੋਨੋਂ ਇਹੋ ਜਿਹੀਆਂ ਗੱਲਾਂ ਕਰਦੇ ਪਿਓ ਤੇ ਮੇਰੇ ਆਪਣੇ ਦਿਲ ਨੂੰ ਕੁਝ ਹੁੰਦਾ ਪਿਆ ਆ ਸਲਾਮ ਤੈਨੂੰ ਫੋਨ ਕੀਤਾ ਜੇ ਤਾਈ ਨਾ ਆਪਣੀਏ ਮਾਲ ਲੈ ਓਏ ਅੰਮਾ ਤੂੰ ਨਾ ਪਰੇਸ਼ਾਨੀ ਲਾ ਤੇਰੀ ਧੀ ਆਪਣੀ ਖਲੋਤੀ ਹੈ ਮੈਂ ਆਪੇ ਲਾਈਆਂ ਤੇਰੇ ਤਾਈ ਸ਼ੋਕੀ ਆ ਜਾ ਓ ਚੁੱਪ ਕਰ ਹੌਸਲੇ ਨਾਲ ਕਠੋਰ ਹੋ ਅੰਮਾ ਨੀ ਪਿਆਰ ਸਾਬਰਾ ਤੈਨੂੰ ਹੌਸਲਾ ਦੇ ਵੇਖਣਾ ਬਹੂ ਸਨਮੀ ਚੁੱਪ ਕਰ ਅਜੀ ਤੋ ਚੰਗੀ ਖਲੀ ਜਿੰਦੀ ਬੈਠੀ ਏ ਅਮਾ ਨੂੰ ਹੌਸਲਾ ਦੇ ਠੀਕ ਏ ਤੂੰ ਆ ਕੇ ਰੋਣ ਲੱਗ ਗਈ ਏ ਚੰਗੀ ਖਲੀ ਏ ਉਹ ਮੈਂ ਵੇਖੀ ਖਲੋਤੀ ਆ ਮੇਰੀ ਮਾਂ ਦਾ ਪੀਲਾ ਫਟਾਕ ਰੰਗ ਹੋਇਆ ਖਲੋਤਾ ਮੇਰੀ ਅੰਮਾ ਨਹੀਂ ਬਚਦੀ ਨੱਕ ਦੇ ਕੁੰਡਲੀ ਮੁੜੇ ਖਲੋਤੀ ਅੰਮਾ ਆ ਨੱਕ ਦੇ ਕੁੰਡੇ ਮੁੜੇ ਖਲੀ ਏ ਫਲਕ ਸ਼ਰਾ ਬਾਜ ਕੇ ਜਾ ਹੁਣ ਸੁਗਰੀ ਨੂੰ ਵੀ ਲਾਇਆ ਤਰਕੜੀਆ ਸਾਬਰਾ ਮੈਂ ਫੋਨ ਕਰਨਾ ਉਹਨੂੰ ਅੱਛਾ ਅੱਛਾ ਫੋਨ ਕਰਨ ਦੀ ਲੋੜ ਕੋਈ ਨਹੀਂ ਮੈਂ ਜਾਣਾ ਉਹਨਾਂ ਨੂੰ ਸਾਧ ਲਿਆਉਣਾ ਮਿੰਟ ਬਾਰ ਪੁੱਤਰ ਮਿੰਟ ਮਾਰ ਠੀਕ ਹੈ ਉਹ ਬਹੁ ਫਲਕ ਸ਼ੇਰ ਪਾਗਲ ਤੇ ਨਹੀਂ ਹੋ ਗਿਆ ਉਹ ਜਿੰਨੀ ਦੇਰ ਇਹ ਚੋਨੇ ਜਾਣਾ ਉਹਨੂੰ ਤਾਂ ਬੜਾ ਟਾਈਮ ਲੱਗ ਜਾਣਾ ਉਹਨੂੰ ਫੋਨ ਕਰ ਦਿਓ ਜਲਦੀ ਅੱਪੜ ਆਏਗੀ ਹਾਂ ਹਾਂ ਉਹ ਸ਼ੌਕੀ ਇੱਕ ਮਿੰਟ ਰੁਕ ਮੈਂ ਉਹਨੂੰ ਫੋਨ ਕਰਨਾ ਆਈ ਲੋ ਉਹਨਾਂ ਦਾ ਨੰਬਰ ਬੰਦ ਹੈ ਉਹ ਬੱਜ ਆਗਾ ਮਿੰਟ ਲਾ ਯਾਰ ਉਹ ਚਾਚਾ ਜੀ ਉਹਦੇ ਰਮਜ਼ੀ ਦੇ ਕਰਤੂਤ ਹੈ ਉਹ ਆਪ ਦਾ ਫੋਨ ਹੀ ਵਿੱਚ ਹੀ ਵੰਦਾ ਹੋਣਾ ਬੱਜ ਕੇ ਜਾ ਲੰਮਿਆ ਪਾਸ ਅੰਮਾ ਤੇ ਲੰਮਾ ਨਾ ਜਾ ਕੋਈ ਸ਼ਾ ਖਵਾਈ ਨਹੀਂ ਅੰਮਾ ਨੂੰ ਕੋਈ ਨਾ ਹਾਂ ਹਾਂ ਦਵਾਈ ਪਿਵਾਈ ਹੈ ਉਹਨੂੰ ਪਹਿਲੇ ਖਵਾਇਆ ਪਿਵਾਇਆ ਕੁਝ ਉਹ ਬੰਜਾਈ ਕਿਉਂ ਰੋਂਦੀ ਦਾ ਇੱਕ ਹੈ ਖੈਰ ਹੈ ਖੈਰ ਕੋਈ ਨਹੀਂ ਹੈ ਕਿ ਮੇਰੀ ਮਾਂ ਦੀ ਤਬੀਅਤ ਬੜੀ ਖਰਾਬ ਹੈਗੀ ਹੈ ਕੱਲ ਫੋਨ ਆਇਆ ਆ ਤੇ ਕੱਲ ਧਰਮ ਜੀ ਨੂੰ ਆਖੀ ਜਾਣੀ ਹੈ ਕਿ ਮੈਨੂੰ ਲੈ ਜਾ ਲਾਟਵਾਈ ਕਰਨ ਵਾਸਤੇ ਵਾਗ ਗਿਆ ਹੈ ਅੱਲਾ ਜਾਣੇ ਮੇਰੀ ਮਾਂ ਦਾ ਕੀ ਬਣਿਆ ਸੀ ਤੇ ਕੀ ਨਾ ਉਹ ਬੰਜਾਈ ਅੱਲਾ ਖੈਰ ਕਰ ਸੀ ਦਿਲ ਛੋੜਾ ਨਾ ਕਰ
ਉਸਤਾਦ ਆ ਜਾਂਦਾ ਮੈਂ ਉਹਨੂੰ ਆਖਾਂ ਜਿਹਨੇ ਮੇਰੀ ਗੱਲ ਮੰਨਦਾ ਨਹੀਂ ਹੈਗਾ ਤੇ ਤੇਰੀ ਗੱਲ ਕਿਵੇਂ ਮੰਨ ਲਈ ਸੀ ਹਾਂ ਇਹ ਕਸੂਰ ਦੀ ਮਾਤ ਵਾਲਾ ਵਾਂ ਉਸਤਾਦ ਹੈ ਬਾਹਰ ਆ ਜਾਓ ਕਿ ਤੁਹਾਡੇ ਉੱਤੇ ਫੁੱਲ ਛੱਡਣੇ ਪਉਣ ਆ ਜਾਓ ਬਾਹਰ ਚੀਨਾ ਪੁੱਤਰ ਮੂੰਹ ਬੰਦ ਕਰ ਲਾ ਅੱਗੇ ਦੋ ਮੱਖੀਆਂ ਵੜ ਗਈਆਂ ਨੇ ਬੈਠੀ ਮਾਂ ਦਾ ਸਫ਼ਰ ਆ ਤੇਰਾ ਵੀ ਰੋਣ ਦਾ ਸ਼ੌਂਕ ਪੂਰਾ ਹੋ ਜਾ ਸੀ ਤੇਰੀ ਮਾਂ ਮਾਰ ਗਈ ਤੇ ਤੂੰ ਪੂਰਾ ਸਵਾ ਮਹੀਨਾ ਰੋਸ ਤੂੰ ਮਾਰ ਕਾ ਮੇਰੀ ਮਾਂ ਬਾਰੇ ਇਹ ਨਹੀਂ ਗੱਲਾਂ ਸੋਚੀ ਜਾਣਾ ਕੱਲ ਦੀ ਆਕੇ ਜਾਣੀ ਹੈ ਕਿ ਮੈਨੂੰ ਮੇਰੀ ਮਾਂ ਲੈ ਲੈ ਜਾ ਤੇ ਸਵੇਰ ਦਾ 4 ਵਜੇ ਤੂੰ ਨਿਕਲਿਆ ਤਾਂ ਹੁਣ ਘਰੇ ਵੜਦਾ ਪਿਆ ਹੈਗਾ ਇਹ ਹੁਣ ਮੇਰੇ ਕੋਲ ਪੁੱਛ ਲੈਂਦੀ ਨਾ ਤੂੰ ਇੱਜ਼ਤ ਨਾਲ ਤਮੀਜ਼ ਨਾਲ ਜਿਵੇਂ ਸਮਾਨੀਆਂ ਸੁੱਗੜ ਆ ਤੇ ਬੰਦਿਆਂ ਕੋ ਪੁੱਛਦੀਆਂ ਨੇ ਜਨਾਬ ਜੀ ਤੁਸੀਂ ਕਿਦੋਂ ਆਏ ਨੇ ਤੇ ਮੈਂ ਤੈਨੂੰ ਦੱਸ ਵੀ ਦਿੰਦਾ ਉਹਨਾਂ ਦੇ ਸਾਈਂ ਵੀ ਕੋ ਉਹਨਾਂ ਦੀ ਗੱਲ ਮੰਨਦੇ ਆ ਕਿ ਤੇਰੇ ਲਈ ਇਤਨੀ ਹੁੰਦੀ ਹੈ ਕਿ ਕਿਨ ਕੰਮੇ ਆ ਦੀ ਸਮਾਨੀ ਦੀ ਕੋ ਗੱਲ ਹੀ ਨਹੀਂ ਮੰਨਦਾ ਮੈਂ ਨਿਕੰਮਾ ਹਾਂ ਇਹ ਸਿਰਫ ਘਰ ਦੇ ਵਿੱਚ ਮੈਂ ਨਿਕੰਮਾ ਮੇਰੀ ਇੱਜ਼ਤ ਕੋਈ ਨਹੀਂ ਆ ਵੇਖ ਮੁਸਕਾਨ ਨੂੰ ਤੇ ਬੂਤਣੇ ਨੂੰ ਥਾਣੇ ਵਾਲੇ ਰਾਤ ਨੂੰ ਫੜ ਕੇ ਲੈ ਗਏ ਉਹ ਫੰਕਸ਼ਨ ਤੋਂ ਮੈਂ ਗਿਆ ਮੈਂ ਜਾ ਕੇ ਥਾਣੇਦਾਰ ਨੂੰ ਆਖਾ ਥਾਣੇਦਾਰ ਸਾਹਿਬ ਇਹ ਮੇਰੇ ਬੰਦੇ ਨੇ ਮੇਰੇ ਬੇਲੀ ਨੇ ਇਹਨਾਂ ਨੂੰ ਛੱਡ ਦਿਓ ਉਹਨੇ ਛੱਡ ਦਿੱਤਾ ਉਸੇ ਵੇਲੇ ਪੈਸੇ ਉਹਨਾਂ ਜ਼ਰੇ ਵੀ ਨਹੀਂ ਲਏ ਉਲਟਾ ਮੈਨੂੰ ਚਾਹ ਵੀ ਪਵਾਈ ਥਾਣੇਦਾਰ ਨੇ ਇਹ ਜ਼ਰੂਰੀ ਨਹੀਂ ਹੈ ਕਿ ਅਨ ਕਿ ਜਿਹੜੇ ਇਹਨਾਂ ਛੁਡਾਉਣ ਵਾਸਤੇ 4 ਵਜੇ ਤੋਂ ਨਿਕਲਿਆ ਹੋਇਆ ਹੈਗਾ ਮੇਰੀ ਮਾਂ ਆਖਰੀ ਸਾਹਮਣੇ ਪਈ ਹੈ ਕਿ ਤੇ ਮੇਰੇ ਨਾਲ ਜਾਵਣਾ ਬੰਦਾ ਆ ਤੇਰਾ ਜ਼ਰੂਰੀ ਹਾਂ ਇਹ ਤੇਰੀ ਮਾਂ ਲਵਾਗ ਜਾਵੇ ਅਸੀਂ ਥਾਣੇ ਚ ਲਿੱਤਰ ਜੱਲੀ ਰੱਖੀ ਆ ਇਹ ਨਾ ਜਾਂਦਾ ਤੇ ਸਾਨੂੰ ਛੁਡਾਉਣਾ ਕਿਸੇ ਨਾਲ ਉਸਤਾਦਣੀ ਜਿੱਥੇ ਅਸੀਂ ਬੈਠੇ ਆ ਨਾ ਉੱਥੇ ਬੜੀ ਗੰਦੀ ਬੋ ਆਈ ਤੇ ਉਹਨਾਂ ਨੇ ਸਾਨੂੰ ਉਹ ਜੇਲ੍ਹ ਚ ਲੈ ਕੇ ਗਏ ਨੇ ਅਸੀਂ ਤਾਂ ਉੱਥੇ ਬਹਿ ਕੇ ਸਾਡੇ ਤਾਂ ਦਿਮਾਗ ਹੀ ਖਰਾਬ ਹੋ ਗਏ ਸ਼ੁਕਰ ਹੈ ਉਸਤਾਦ ਵਗ ਗਏ ਤੇ ਸਾਨੂੰ ਛੁਡਾ ਕੇ ਲੈ ਆਏ ਨੇ ਤਾਂ ਅਸੀਂ ਤਾਂ ਉੱਥੇ ਮਰ ਜਾਵੀਏ ਤੇਰੀ ਮਾਂ ਫੌਤ ਕੋਈ ਨਹੀਂ ਹੁੰਦੀ ਪਈ ਐਵੇਂ ਘਬਰਾਉਣ ਦੀ ਲੋੜ ਕੋਈ ਨਹੀਂ ਇਤਵਾਰ ਵਾਲੇ ਦੇ ਆਪਾਂ ਰਲ ਕੇ ਲਗੇ ਜੇ ਸਾਂ ਤੇ ਰਾਤੀ ਜਿਹੜਾ ਹੈ ਫੋਨ ਕਰ ਲਵੀਂ ਮਾਂ ਦੀ ਖਰੀਅਤ ਪਤਾ ਕਰ ਲਵੀਂ ਤੇ ਇਤਵਾਰ ਵਾਲੇ ਦੇ ਮੈਂ ਵੇਲਾ ਹੋ ਜਾ ਸਾਂ ਤੇ ਮੋਰ ਆਪਾਂ ਲਗੇ ਸਾਂ ਹੁਣ ਮੇਰੇ ਕੋਲ ਜਿਹੜੇ ਥੋੜੇ ਬਹੁਤ ਪੈਸੇ ਹਨ ਉਹ ਆ ਗੱਡੀ ਦਾ ਤੇਲ ਪਵਾ ਲਿਆ ਤੂੰ ਇੱਥੇ ਨਾ ਟੇਕ ਕੇ ਬੈਠਾ ਰਹਾ ਮੈਂ ਤੇਰੇ ਕੋਲ ਸਿਰਫ ਇੰਨੀ ਇਜਾਜ਼ਤ ਲੈਣੀ ਹੈਗੀ ਕਿ ਮੈਨੂੰ ਮੇਰੀ ਮਾਂ ਲੈ ਕੇ ਨੂੰ ਜਾਣਾ ਤੇ ਮੈਂ ਟੋਰ ਕੇ ਵਗ ਜਾ ਸਾਂ ਉਹ ਗੰਜਾਈ ਚ ਕੱਲੀ ਕਿਉਂ ਜਾਂਦੀ ਹੈ ਮੈਂ ਤੇ ਨਾਲ ਹੌਲੀ ਹੌਲੀ ਟੁਰਿਆ ਚੱਲਦਾ ਮੈਂ ਤੇ ਤੈਨੂੰ ਲਿਜਾਵਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਰਾਹ ਦੇ ਜਾ ਕੇ ਬਰਦਾਈ ਮੈਨੂੰ ਚਾਹਵਲਾ ਮੇਰੇ ਕੋਲ ਟ੍ਰੇਨ ਦਾ ਨਹੀਂ ਪਿਆਗਾ ਮੈਂ ਤਾਂ ਕੱਲੀ ਬੱਜੀ ਜਾ ਸਾਂ ਐਂ ਕਰ ਆ ਟੈਲੀਫੋਨ ਕਰ ਲਾ ਮੇਰੇ ਕੋਲੋਂ ਮੈਂ ਨਾ ਹੁਣੇ ਤੇ ਉਹਦੀ ਤਬੀਅਤ ਦਰਿਆਫਤ ਕਰ ਲਾ ਵੀ ਕੀ ਹਾਲ ਹੈ ਅੰਮਾ ਦੀ ਖੈਰ ਖਰੀਅਤ ਹੈ ਜੇ ਉਹਨੂੰ ਤਬੀਅਤ ਠੀਕ ਹੈ ਤੇ ਐਡੀ ਹੁਣੇ ਜਾਵਣ ਦੀ ਕਿਹੜੀ ਐਮਰਜੈਂਸੀ ਬਣੀ ਐਮਰਜੈਂਸੀ ਮੈਨੂੰ ਬੜੀ ਖਲੋਤੀ ਹੈਗੀ ਹੈ ਮੇਰੀ ਮਾਂ ਉਹਨੇ 9 ਮਹੀਨੇ ਮੈਨੂੰ ਡੇਟੇ ਚ ਰੱਖਿਆ ਹੈਗਾ ਮੇਰੇ ਦਿਲ ਤੇ ਨਾ ਆਂਗ ਬੜੀ ਖਲੋਤੀ ਹੈਗੀ ਜਦ ਤੂੰ ਮੈਨੂੰ ਕੱਲ ਦਰ ਜਾਂਦਾ ਨਹੀਂ ਪਿਆਗਾ ਮੈਂ ਫੋਨ ਕੋਈ ਨਹੀਂ ਕਰਨਾ ਹੈਗਾ ਮੇਰੇ ਨਾਲ ਚੁੱਪ ਕਰਕੇ ਟੋਰ ਪੈਣ ਤੇ ਮੈਂ ਲੈ ਜਾਵਾਂ ਉਹਨੇ 9 ਮਹੀਨੇ ਤੇਰੇ ਡੇਟੇ ਚ ਰੱਖਿਆ ਉਹ ਤੂੰ ਉਹਨੂੰ ਸਜ਼ਾ ਦੇਵਣ ਜਾਂਦੀ ਪਈ ਸਜ਼ਾ ਦੇਵਣ ਨਹੀਂ ਜਾਂਦੀ ਪਿਆਗੀ ਧੀਆਂ ਦਾ ਹੱਕ ਬਣਦਾ ਹੈਗਾ ਜਦੋਂ ਮਾਂ ਕੋਈ ਬਿਮਾਰ ਹੋਵੇ ਨਾ ਤੇ ਧੀਆਂ ਪਹੁੰਚਦੀਆਂ ਹੈਗੀਆਂ ਨਾ ਮੈਂ ਏਡੀ ਵੀ ਬਿਮਾਰ ਕੋਈ ਨਹੀਂ ਜਿਹੜੀ ਤੂੰ ਬਣਾਈ ਖਲੋਤੀ ਮੈਂ ਬਣਾਈ ਨਹੀਂ ਖਲੋਤੀ ਮੇਰਾ ਦਿਲ ਕੁੱਝ ਹੀ ਖਲੋਤਾ ਹੈਗਾ ਮੈਂ ਉਹਦੀ ਧੀ ਹੈਗੀ ਮੇਰੀ ਮਾਂ ਮਰ ਗਈ ਤਾਂ ਸਾਰੇ ਲੋਕੀ ਮੈਨੂੰ ਗੱਲਾਂ ਕਰਸਨ ਪੈ ਕੇ ਤਾਂ ਜਮਾਦ ਮੂੰਹ ਤੇ ਨਾ ਆਈ ਚਾਰ ਗੱਲਾਂ ਨਾ ਕੀਤੀਆਂ ਮਾਂ ਦੇ ਨਾਲ ਓਹੋ ਤੂੰ ਐਵੇਂ ਗਾਬਰੀ ਖਲੋਤੀ ਹੈ ਐਸ ਟਾਈਮ ਹੀ ਉਹਨੂੰ 5 ਕਿਲੋ ਗੋਸ਼ਤ ਦੇਈਏ ਨਾ ਤੂੰ ਹਿੱਕੇ ਸਾਥ ਖਾ ਜਾਸੇ ਇਹ ਤੇਰੀ ਨਜ਼ਰ ਲੱਗੀ ਉਹ ਸਾਹ ਜੀ ਉਸ ਬਿਮਾਰ ਹੱਡੂ ਕੋਈ ਨਾ ਆਉਣਾ ਦੇ ਰਾਤੀ ਘਟੇਂਦੀ ਚਾਵਲਾਂ ਦੀਆਂ ਪਹਿਲਾਂ ਉਹਦੀ ਵਜ੍ਹਾ ਨਾਲ ਬਿਮਾਰ ਹੋਈ ਨਾ ਚਾਵਲ ਉਹ ਛੱਡੇ ਤੇ ਨਾ ਉਹ ਠੀਕ ਹੋਵੇ ਉਹਨੂੰ ਹੋਈ ਖਲੋਤੀ ਦਰਦਰੀ ਚਾਵਲਾਂ ਦੀ ਖਾਣ ਦੀ ਵਜ੍ਹਾ ਤੋਂ ਤੇ ਉਹਦਾ ਇਲਾਜ ਵੀ ਹੋ ਜਾਸੀ ਲੇਕਿਨ ਇਹ ਏਡੀ ਦਰਦਰੀ ਕੋਈ ਬਿਮਾਰੀ ਨਹੀਂ ਹੈ ਜਿਹਦੇ ਨਾਲ ਬੰਦੇ ਮਰ ਜਾਣ ਆਏ ਵੇਖ ਤੂੰ ਡਾਕਟਰ ਵੱਡਾ ਰਹਿ ਉਸਤਾਦ ਜੀ ਉਹਨੇ ਕਿਹਾ ਕਿ ਸਿਰ ਖਾਦੀ ਕਰਨ ਲੈ ਜਾ ਮੈਂ ਸਭ ਨਾਲ ਟੋੜ ਪਾਉ ਵੀ ਉਹਨਾਂ ਦੇ ਕੋਲ ਵਾਲੀ ਚੱਲੀਏ ਜਨਾਬ ਚੀਨਾ ਸਾਹਿਬ ਤੁਸੀਂ ਆਦਾ ਬੂਥਾ ਸ਼ਰੀਫ ਬੰਦ ਕਰੋ ਮੈਂ ਆਦੀ ਜੇਬ ਦੇ ਹਿਸਾਬ ਨਾਲ ਚੱਲਣਾ ਹੁੰਦਾ ਹਾਂ ਬਾਰ ਬਸ ਤੇਰੀਆਂ ਜੇਬਾਂ ਖੁੱਲੀਆਂ ਹੁੰਦੀਆਂ ਰੁਪਈਏ ਹੁੰਦੇ ਆ ਕਿ ਮੇਰੇ ਬਾਕੀ ਤੇਰੇ ਕੋਲ ਪੈਸੇ ਕੋਈ ਨਹੀਂ ਹੁੰਦੇ ਹੈਗੇ ਨਹੀਂ ਤੂੰ ਤਾਂ ਭੁੱਖੀ ਰਹਿੰਦੀ ਨਾ ਹਰ ਟਾਈਮ ਭੁੱਖੀ ਨਹੀਂ ਰਹਿੰਦੀ ਹੈਗੀ ਤੇ ਮੇਰੀ ਗੱਲ ਕਿਹੜੇ ਟਾਈਮ ਮੰਨਦੀ ਹੈਗੀ ਹੈ ਜਦੋਂ ਟਾਈਮ ਨਿਕਲ ਜਾਂਦਾ ਉਸ ਤੋਂ ਬਾਅਦ ਮੇਰੀ ਗੱਲ ਮੰਨਣਾ ਉਹਦਾ ਵੀ ਨਾ ਮੰਨੀ ਕੀਤੀ ਕਰ ਨਹੀਂ ਸਾਡੇ ਤੇ ਉਸ ਰੁਪਈਏ ਲਾਜ ਨਾ ਦਸੀ ਵੀ ਕਮਾ ਕੇ ਉਸੇ ਨੂੰ ਦੇਣਾ ਆ ਜ਼ਿਆਦਾ ਤੂੰ ਵੇਚਣਾ ਸ਼ੋਕੀ ਨਾ ਬਣੀ ਕੀਤੀ ਕਰ ਮੇਰੀ ਸ਼ੋਕੀ ਸ਼ੋਕੀ ਨਾ ਦੱਸ ਪੈ ਸਾਡੇ ਘਰ ਦਾ ਮਾਮਲਾ ਦੋਵੇਂ ਦੀ ਗੱਲ ਕਰਦਾ ਪਿਆ ਤੂੰ ਕੋਣ ਨਾ ਮੇਰਾ ਬੈਸ ਕਰਨ ਵਾਲਾ ਇੱਕ ਮਿੰਟ ਛੱਡ ਰੋਲਾ ਕਿ ਸ਼ਾਦੀ ਪੁੱਤਰ ਦੀ ਸ਼ਾਦੀ ਹੈ
नंबर ता चलदा है अज ऐसा फड़कनी पई हुई है उन्होंने सिग्नल आंदे जांदे रहंदे चलो सिग्नल ना पर दफा करते और साइड ते आके मेरी गल सुन शहर जाने की कोई जरूरत नहीं है कि हाल है मुल्क से उजड़ गए मेरी मां मर गई ओ मरी है जी कोई नहीं ओ तैनू उड़ीक दी पई आवा दी पई है फटाफट सुसी चलाया ओ मैं तो जाननी है कि रम दी उल्टी कला मेरे नाल मेहमान है दो गल्ला कर लवा बजो बजो नसीबां च हुंदा ना इहदे नाल चार गल्लां करनियां ते मौके ते आ जावे तू ऐ कर मिठी और किरण नूं आख ते आ के ते सूरत यासीन पढ़े इहदा आखरी वक्त आ गया जा जा के भाई के नाल उन किरण नूं सद लिया अच्छा मासी मैं किरण नूं सद लैनी आ जल्दी जल्दी जा साबरा साबरा बाजी होश कर भूतने आप चलिए एक बारी खलो फूका तो लेकर लो मुड़ चलने सुगरी बौरिया इयो दे मौके ते मेने नहीं मारी दे होंदे सुगरा मैं उठ के बवा ते नाले गोट पानी ते पीवा अम्मा ते उठा के बांधी आ मैं उठाओ उठी साबरा हिम्मत कर ओ जे उठाइंदे ही पए ने ते पानी भी पीवेंदे पए ने मेरे बुज्जे ते एक गोली ए भी खवा दियो इनू हो सकदा है अल्लाह शफा दे देवे ए केड़ी गोली है ए बड़ी खास गोली है बकवास ना की मेरे को बड़ी वड्डी गलती हो गई जब मैं तेनों रूड़ियां तो रोक दी रूड़ियां जाके ना भूंगिया कर हुण तां मैं तेनों आप रूड़ियां छड़ के आई कर सा चौबी घंटे तो उत्थे बैठ गए टुकर तेनों उत्थे दे के आई कर सा रूड़ियां वाली जिहड़ी जद्दोजहद मैं करनी आई ना
ओ मैं कर लई है, ओ मुकम्मल हो चुकी है। हुन तो मेरे को पैसे आवन, मैं तो दवा खाना बनावना है बस। पैसे की फिक्र ना कर मेरे पुत्र, तू आ खुसरे ने चाने छोड़ दे ते दवा खाने वास्ते पैसे तेनु मैं दे देना। हां भला खेरा दे अपने जवाई ने पैसे दवा खाना बनावे। मेरे रंगे मरीजा दा कईया दा भला हो जासी। मैं कदों इस गल तो बचदा पया, मैं तां ना मेरे को पैसे लवे ते बनावे दवा खाना। उस्ताद जी जदों का दवा खाना बनावना सब तू पहले तो नेड़ा इलाज शुरू करना। मेरे बंदे आसे भी दुआ कर दे बाजी, मेरे बंदे दी ता शुगर ही बहुत वधी पई। बहुत परेशान हुई पई। मेरे जवाई नु ला चल। मेरे बंदे नु भी दवाई टप्पा दे के ना ओदी शुगर कटा के ते ओनु भी शेर बना दे। बीबी दरअसल गल जिहड़ी ये है ना, आ साडी कौम ने शुगर नु बीमारी बनाया होया। ये बीमारी नहीं है, मुस्कान खुसरा नहीं भी बड़ी शुगर आई। ए रमजी साहब इन दवाई दी हूं तंदुरुस्त दे, राती नचदा कुछ ही नहीं होंदा। अच्छा फिर चल भरावा जल्दी लो। बड़ी औखी सीखी है मैनू सारा पता है। ये गल्ला इन्हां नूं दस, मैनू तेरा पता तू कितनी हिकमत जानना। और मैं जिस तरह दा हकीम हां, बस बंदा मरे होया ना हो। इंदी तो बिलकुल चटनी बनी पई। ओए हुणे उठी के आखना मेरे नाल कोई कुश्ती करो। अच्छा हां जी कमियां आई भी खा खा ना बस। आ देख लो यार ना बस। हुब्बे तनसूर आ दो इन बस भी खा। आ लो जी। हुब्बे तनसूर ही है बीमारी। घोड़ा नहीं मैं शेर बना देना। शेर हाँ हाँ शेर बना दे। शेर बने नु बड़ी देर हो गई है। आज तो बाद चाचा तू शेर ही है। तू कुश्तियां वेखने गया करेगा, तू कुश्तियां करन गया करेगा। छोरा ओ किधर हिकमत दा कोरस भी कीता कि मैं तुक्के लांदा वना। मैं आप कदी नहीं बोलिया, मेरे काम बोल देना। आ माई दस। मेरा जवाई मामूली जा हकीम नहीं है। मैं ता मर्दी पिया सु ते मैनु फरिश्ता नजर आंदा है पियान। हिक्का गोली मैं दित्ती सु ते मैं खादी ते मैं शेर नहीं बनी बैठी हां। ओ अल्लाह दे बंदिया, असी ता सूरत यासीन पढ़ाऊ आसे ते आ वेखला तेरे सामने सही सलामत बैठी। जे ए गल है ना मियां, तो मोड़ मेरी सारी जमा पूंजी तो ले ले ते मैनू ठीक कर, मैं बड़ा तंग आ। नहीं नहीं मैं एडा महंगा हकीम नहीं हां, बस 4-5 लाख रुपया ले लई। 4-5 लाख रुपया? ओ मेरी जान बचण दे, 4-5 लाख दी केड़ी गल है। मैं ठीक हो गया ते होर कमा लैसा। ए बंदा ठीक हो जाएगा और अद्धे घंटे दे विच ठीक हो जाएगा। जल्दी नाल हलवा बनाओ बेहतरीन जिया, देसी घ्योज बनाना हलवा, मिठा तेज रख के ते नाल एक कोक दी बोतल मंगाओ। वे भाई तेरी मत ते नहीं बच गई, उनु ते अगे ही शुगर ही गई है ते शुगर आले मरीज नु जेड़ा है ना मिठा मना होंदा है ते तू मिठा मंगवाई जांदा। क्यों मारना पया मेरे बंदे नु? हकीम मैं हां के तू है? हकीम ते तू ही है, पर इलाज ते तरीके नाल करना। जो मैं आखदा पया ना मुड़ ओ करो, क्योंकि मेरे फलसफे दे विच लोहे नु लोहा कटदा है। तू परेशान ना हो। अल्लाह करे मैं ठीक हो जावां।
तू ठीक है घंटे तो बाद ना तू हलाक भजना पुत्र जिहड़ा तू कुलिया लांदा पिया ना आ खुदा दा नाम है मैनू किसे पासे फसा ना देवी ओ चाचा मेरी काबिलियत आदि अखां दे नाल तू वेख के भी तेरा ईमान नहीं बजदा पिया तेन यकीन नहीं आंदा पिया यार तेरे ते यकीन है पर जिहड़ा तू नुस्खा दसी खिलाना उहदे ते मैनू यकीन कोई नहीं मैं जिहड़ी तुहानू नाल मिसाल दे दित्ती है उहनू भी तां गौर करो ना लोहे नू लोहा कटदा है चलो ठीक है मेरा पुत्र हां तू साडे नाल गना बेहतर जान मैं बेहतर जानना आ जा शाबाश शाबाश शेर बन जासे शेर वो फड़ा भाई सनमिया आ जेड़ा तेरा बनवाया है ओनू हलवे दे उत्तू जेड़ी बोतल ठोकी खला है ना ये मैं लगता कोई काम उपट्ठा हो जाना है तू हकीम है कि ओ हकीम है जिन्हें गाल दसी है ना उन्हें बड़ा पता है तू घना हकीम लुकमान ना बाण चुप करके खलो शौकी साहब तुसी मेरे काम दे विच बैण ना परनाई करो मेरे नाल एवें घनी बकवास ना कर इंदे कोल मैं हलवे वाली प्लेट खो के तेरे नक ते मार के मिड्डा नक फेर छड़सा तू अजी मैं जानदा नहीं है वे शौकी है तेरा वड्डा अंदर ना बदतमीजी ना कर ओ किवें बोलदा पिया किवें बोलदा पिया हैगा ते तू चुप करके खलो ओ दवाई देंदा पिया है मरीज नु तर ए जिन्नी बोतल पीती जांदा इन्नी चंगी है मेरे ख्याल थोड़ी घट ना पीवे ना ए पूरी बोतल इस पीवनी अच्छा इस नाल ता शुगर दूर होवनी थोड़ा जे रूह घबराई जांदा बाकी तो ठीक है कोई गल नहीं रूह घबरदा पहले पहले क्योंकि दवाई ने आधा असर शुरू कर दिता हां मीठा ढेर दे बाद खांदा पे ना ता इंज होंदा हां जी हां देखी हुन एला खैर करे गबरू बन जासी हां देखे जा के तो बंदे नु देसी ते गुणसी दुबारा करा ओए गुल्ली दे मुंह वाला मेरे उस्ताद दी हिकमत ते शक ना कर ए हुणे ठीक हो जासी तेरी अखी दे सामने दसी मोड़ जे चले नू ठीक करके भजावे तू तू इत्थे क्यों नवी रांद बणाऊं चुप करके खलो जा ਇਹ ਮੇਰੇ ਪੈਰ ਕਿਉਂ ਭਿੱਜੀ ਜਾਂਦੇ ਨੇ ਮੇਰੀ ਸ਼ੂਗਰ ਵਧੀ ਜਾਂਦੀ ਹੈ ਤੇ ਵਿੱਚ ਹੀ ਓ ਘਬਰਾਉਣ ਦੀ ਲੋੜ ਕੋਈ ਨਹੀਂ ਇਹ ਸ਼ੂਗਰ ਖਾਰਜ ਹੋ ਰਹੀ ਹੈ ਫਲਕਸ਼ਰ ਆਦੇ ਜਵਾਈ ਦੀ ਗੱਲ ਤੇ ਨ ਲੱਗੀ ਮੈਂ ਮਰਦਾ ਵੀ ਮੈਨੂੰ ਹਸਪਤਾਲ ਪਹੁੰਚਾ ਓਏ ਚੱਕੋ ਮੰਜੀ ਇਹਨੂੰ ਹਸਪਤਾਲ ਲੈ ਕੇ ਚਲੀਏ ਓ ਕਰ ਲੈ ਠੀਕ ਉਹਨੂੰ ਅਗਲੇ ਹਾਲੂ ਮੰਜਾ ਛੜਿਆ ਓਏ ਅਗਾ ਮੰਜੀ ਚਾ ਮੰਜੀ ਚਾ ਫੱਦੋ ਫਰੂ ਯਾਰ ਓ ਯਾਰ ਇੱਕ ਹੀ ਚਲੋ ਚਲੋ ਚਾ ਲਾ ਚਲੋ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।